अस्सलाम वालेकुम। वालेकुम की हाल चाल है? शुक्र अल्लाह जी। की नाम अपना? मेरा नाम अली बख्श। अली बख्श साहब, तुहाडे अब्बा जी का की नाम? तुहाडे अब्बा जी का गुलाम कादर। गुलाम कादर। ते अपनी कौम केड़ी है? गुज्जर। गुज्जर। ते गोत? चौहान। चौहान। इस वक्त तुसी केड़े पिंड बैठे हो? 28 चक। ये 28 चक दे नंबर, इहदा नाम वजदा केड़े नाम तो है? सिंगाला। सिंगाला के रईसां वाला? रईसां वाला कहदे, सिंगाला वी कहंदे विच। अच्छा। ते पिछे अपने देसां च पिंड केड़ा सीगा? टोडरपुर। हां जी, टोडरपुर लुधियाने समराले तहसील। ਸਮਰਾਲਾ ਤਹਿਸੀਲ ਸੀਗੀ? ਹਾਂ। ਅੱਛਾ, ਆਪਣੇ ਪਿੰਡ ਦੇ ਆਂਢ ਗੁਆਂਢ ਦੋ ਚਾਰ ਪਿੰਡਾਂ ਦੇ ਨਾਂ ਦੱਸੋ ਤਾਂ। ਸਿਆਲਾ। ਕਟਾਲਾ। ਅੱਛਾ। ਹੇਜੋਂ। ਤੇ ਜਟਾਣੇ। ਤੇ ਦੂਆ ਬਰਮਾ। ਦੂਆ ਬਰਮਾ ਉਹ ਪਿੰਡ ਉੱਥੇ ਨਾਈ ਤੇ ਸਾਡੇ ਜਾਣਦਾ ਕਰਦਾ। ਤੇ ਹੇਜੋਂ ਤੇ ਬਾਕੀ ਬੇਟਾ ਦੇ ਪਿੰਡ ਤੇ ਜੀ 5-6। ਹਾਂ ਹਾਂ। ਅੱਛਾ, ਤਹਿਸੀਲ ਕਿਹੜੀ ਲੱਗਦੀ ਸੀਗੀ? ਸਮਰਾਲਾ। ਤੇ ਜ਼ਿਲ੍ਹਾ? ਲੁਧਿਆਣਾ। ਲੁਧਿਆਣਾ। ਹਾਂ। ਤੇ ਜਿਹੜਾ ਤੁਹਾਡਾ ਪਿੰਡ ਸੀਗਾ, ਇਹਦੇ ਸਾਰੇ ਤੁਹਾਡੀ ਗੁੱਜਰੀ ਵਾਸਤੇ ਸੀਗੇ? ਨਹੀਂ, ਰਾਜਪੂਤ ਤੇ। ਰਾਜਪੂਤ। ਅੱਛਾ, ਤੇ ਸਾਰੇ ਮੁਸਲਮਾਨ ਸੀਗੇ ਜਾਂ ਸਿੱਖ ਵੀ ਸੀਗੇ? ਉਹ ਬੋਧੀਆਂ ਵਾਲੇ ਰਾਜਪੂਤ ਤੇ ਜੀ। ਅੱਛਾ, ਜਿਹੜੇ ਬੋਧੀਆਂ ਵਾਲੇ? ਹਾਂ। ਬੋਧੀਆਂ ਵਾਲੇ ਤੁਸੀਂ ਰਾਜਪੂਤਾਂ ਦੀ ਗੱਲ ਕਰਦੇ ਆ? ਉਹ ਕੀ ਕੰਮ ਕਰਦੇ ਸੀਗੇ? ਜ਼ਿਮੀਂਦਾਰ। ਜ਼ਮੀਨ ਸੀ ਜੀ। ਜ਼ਮੀਨ ਸੀਗੀ? ਹਾਂ। ਅੱਛਾ, ਤੇ ਤੁਹਾਡੇ ਪਿੰਡ ਦੇ ਨੰਬਰਦਾਰ ਕਿੰਨੇ ਕੁ ਸੀਗੇ ਉਸ ਵੇਲੇ? ਨੰਬਰਦਾਰ ਇੱਕ ਸਮੈਲ ਨੰਬਰਦਾਰ ਤਾ। ਅੱਛਾ, ਗੁਜਰਾਂ ਦਾ। ਤੇ ਅੱਛਾ, ਬੋਧੀਆਂ ਵਾਲੇ ਤੁਸੀਂ ਦੱਸਦੇ ਪੈਸੇ ਕਿ ਵੀ ਉਹ ਜ਼ਿੰਮੇਦਾਰ ਸੀਗੇ? ਤਕੜੇ ਜ਼ਿੰਮੇਦਾਰ ਸੀਗੇ? ਹਾਂ, ਜ਼ਮੀਨ ਬਾਬਾ ਜੀ ਉਹਨਾਂ ਨੂੰ। ਉਹਨਾਂ ਦਾ ਵੀ ਕੋਈ ਨੰਬਰਦਾਰ ਤਾਂ ਹੋਊਗਾ? ਹਾਂ, ਹੈ ਜੀ ਜੀ ਨੰਬਰਦਾਰ, ਮੇਰੇ ਖਿਆਲ ਨਹੀਂ ਹੁਣ। ਅੱਛਾ, ਮੈਨੂੰ ਬਲੈਡ ਵਾਲਾ ਆਇਆ ਨਹੀਂ, ਮੈਂ ਗੱਲਾਂ ਬੇਰੀਆਂ ਯਾਦ ਨਹੀਂ, ਬਲੈਡ ਵਾਲਾ ਸਵੇਰ ਦਾ। ਠੀਕ ਆ। ਅੱਛਾ, ਤੁਹਾਡੇ ਪਿੰਡ ਸਕੂਲ ਸੀਗਾ? ਹੇਜੋਂ ਜੀ। ਹਾਂਜੀ, ਮੁੰਡਿਆਂ ਦਾ ਸਕੂਲ ਪੜ੍ਹਨ ਲਈ? ਹੇਜੋਂ ਹੀ ਕੋਈ ਨਹੀਂ ਜੀ। ਅੱਛਾ। ਹਾਂ, ਅਤੇ ਪਿੰਡ ਕਿੱਦਾਂ ਦਾ ਸੀਗਾ? ਪਿੰਡ ਚੰਗਾ ਦਾ ਜੀ। ਖੁਦ ਜ਼ਮੀਨ ਕਿੱਦਾਂ ਦੀ ਸੀਗੀ? ਜ਼ਮੀਨ ਬਹੁਤ ਮੋਟੀ ਸੀ, ਖੂਹਾਂ ਦੀ ਜ਼ਮੀਨ ਸੀ। ਖੂਹਾਂ ਦੀ ਜ਼ਮੀਨ ਸੀਗੀ? ਹਾਂ, 6 ਵੀਆਂ ਟਿੰਡ ਨਾ, ਊਂਠ ਜੋੜਿਆ ਕਰਦੇ, ਬੜੇ ਬੜੇ ਬੋਲ। ਅੱਛਾ। ਹਾਂ, ਤੇ ਜਿਵੇਂ ਖੂਹਾਂ ਦੇ ਨਾਂ ਰੱਖਦੇ ਆ, ਤੁਹਾਨੂੰ ਵੀ ਕੋਈ ਯਾਦ ਪੈਂਦਾ ਤੁਹਾਡੇ ਪਾਸੇ ਖੂਹਾਂ ਦੇ ਨਾਂ ਕੀ ਸੀਗੇ? ਖੂਹਾਂ ਸਾਡੇ ਦਾ ਜੀ ਆਪਣੇ ਦੱਸੋ, ਤੁਸੀਂ ਆਪਣੇ ਦੱਸੋ, ਕੋਈ ਖੂਹ ਦਾ ਨਾਂ ਸੀਗਾ? ਨਾਂ ਦਾ ਕੋਈ ਨਹੀਂ, ਅਸੀਂ ਤਾਂ ਜ਼ਮੀਨ ਸਾਡੇ ਪਿਓ ਲਈ ਵੱਜਦਾ ਸਾ। ਅੱਛਾ, ਕੀ ਨਾਂ ਸੀ? ਗ੍ਰਾਮ ਕਰਦਾ ਖੂਹ। ਅੱਛਾ, ਕਿੰਨੇ ਸੀਗੇ ਖੂਹ? ਹਰ ਇੱਕ ਦਾ ਮੁਰੱਬੇ ਲਾਇਆ ਤਾ ਖੂਹ। ਅੱਛਾ, ਤੁਹਾਡੇ ਕਿੰਨੇ ਸੀਗੇ? ਨਹਿਰ ਹੀ ਪਾਣੀ ਹੁੰਦਾ ਉੱਥੇ। ਹਾਂ ਹਾਂ, ਨਾ ਨਾ। ਅੱਛਾ, ਤੁਹਾਡੇ ਕਿੰਨੇ ਖੂਹ ਸੀਗੇ? ਸਾਡੇ ਇੱਕ ਖੂਹ ਆਪਣਾ ਵੱਖਰਾ ਸੀ। ਅੱਛਾ। ਹਾਂ, ਦੋ ਸੀਰੀ ਰੱਖੇ ਉੱਥੇ, ਵਾਰੀ ਵਾਰੀ ਉਹਨੇ ਆਪਣੇ ਉਹਨੇ ਜੋੜ ਲੈਣੇ, ਵਾਰੀ ਵਾਰੀ ਜੋੜ ਲੈਣੇ। ਠੀਕ ਆ। ਅਤੇ ਜਾਨਵਰ ਕਿੰਨੇ ਕੁ ਰੱਖੇ ਸੀ? ਮੱਝਾਂ ਗਾਵਾਂ? ਮੱਝਾਂ ਗਾਵਾਂ ਵੀ ਡੰਗਰ ਚੰਗੇ ਭਲੇ ਰੱਖੇ ਹੋਏ ਤੇ। ਅੱਛਾ। ਘੋੜੀ, ਊਂਠ ਜੋੜਨ ਨੂੰ। ਹਾਂ। ਅਤੇ ਘਰ ਜਿਹੜਾ ਉੱਥੇ ਬਣਾਇਆ ਸੀਗਾ, ਕੱਚਾ ਸੀ ਪੱਕਾ ਸੀਗਾ? ਘਰ ਜਿਹੜਾ ਜੀ, ਜਿਹੜਾ ਜਿੱਥੇ ਘਰ ਤਾ ਸਾਡਾ ਟੋਡਰ ਪਰ, ਉੱਥੇ ਦੀ ਪੱਕਾ ਘਰ। ਠੀਕ ਆ। ਉਹ ਜਿਹੜਾ ਭਤੀਜਾ ਦਾ ਨਾ ਸਾਡੇ ਬੁੱਢੇ ਦਾ, ਉਹ ਰਹਿੰਦਾ ਉੱਥੇ। ਅੱਛਾ। ਖੂਹ ਪਰ? ਖੂਹ ਪਰ। ਅਤੇ ਅਸੀਂ ਰਹਿੰਦੇ, ਦਾਣੇ ਚੱਕ ਲਿਆਉਣੇ, ਪਿਹਾ ਲੈਣੇ ਸਿੱਖਾਂ ਦੀ ਮਸ਼ੀਨ 'ਤੇ ਸਿਆਲੇ, ਉੱਥੇ ਪਿਹਾ ਕੇ ਖਾਈ ਜਾਣੇ। ਅੱਛਾ। ਅਤੇ ਕੀ ਨਾਂ ਸੀ ਉਸ ਜਿਹੜੀ ਮਸ਼ੀਨ 'ਤੇ ਤੁਸੀਂ ਆਟਾ ਪਿਓ, ਦਾਣੇ ਪਿਓਣ ਜਾਂਦੇ ਸੀ? ਸਿਆਲਾ ਤਾਂ ਪਿੰਡ ਸਿਆਲਾ। ਅੱਛਾ, ਸਿਆਲਾ। ਹਾਂ, ਉੱਥੇ ਸਰਦਾਰਾਂ ਦੀ ਸੀਗੀ ਉਹ? ਇਹਨਾਂ ਦੀ, ਹਿੰਦੂਆਂ ਦੀ, ਸਿੱਖਾਂ ਦੀ। ਅੱਛਾ ਅੱਛਾ, ਠੀਕ ਆ। ਫਿਰ ਇਹ ਦੱਸੋ ਕਿ ਵੀ ਜਦੋਂ ਉਜਾੜੇ ਪਏ ਸੀਗੇ, ਤੁਹਾਨੂੰ ਉਸ ਵੇਲੇ ਦੀ ਕੀ ਕੁਝ ਯਾਦ ਪੈਂਦਾ ਕਿ ਬਈ ਕੀ ਹੋਇਆ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਜੀ, ਅਸੀਂ ਚਲੇ ਗਏ, ਸਾਡੇ ਪਹਿਲਾਂ ਤਾਲੇ ਕਰਦੇ ਰਹੇ। ਅੱਛਾ। ਖੇਡਾਂ ਵਾਲੇ ਸਾਡੇ ਬੁੱਢੇ ਨਾਨਕੇ ਦੇ, ਉਹ ਫਿਰ ਸਾਰੇ ਜੁੜ ਕੇ ਆਏ। ਅੱਛਾ। ਵੀ ਹੁਣ ਇੱਥੇ ਹੈਗੀ ਭਾਈ ਮੌਤ, ਇੱਕ ਰਾਮ ਚੰਦ ਬਾਹਮਣ ਸਾ। ਅੱਛਾ। ਉਹਦੇ ਕੋਲ ਦੀ ਡਾਕ, ਉਹਨੇ ਕਹਿਣਾ। ਅੱਛਾ। ਇਹ ਅਦਰ ਬਦਰ ਹੋ ਜਾਣੀ ਹੈ, ਦੱਸਦੇ ਨਹੀਂ। ਠੀਕ ਹੈ, ਠੀਕ ਆ। ਉਹ ਕਹਿੰਦੇ ਅਦਰ ਬਦਰ ਤਾਂ ਸਾਡਾ ਤਾਇਆ ਨੇ ਹਰ ਕਹਿੰਦਾ ਘਰੇ ਹੋਈ ਹੋ ਨਹੀਂ, ਉਹ ਕਹਿੰਦੇ ਅਦਰ ਬਦਰ ਹੋ ਗਈ। ਠੀਕ ਆ। ਆਪਾਂ ਉੱਧਰ ਜਾਣਾ, ਆਪਾਂ ਨੂੰ ਮਾਰਨਾ ਇਹਨਾਂ ਨੇ। ਅੱਛਾ। ਅਤੇ ਬੰਦੇ ਬੰਦ ਸੁਣਨ ਲੱਗ ਗਏ, ਬਾਈਕਾਂ ਗੱਲਾਂ ਗੁੱਲਾਂ ਸੁਣਦੇ ਰਹੇ। ਉਹਨਾਂ ਫਿਰ ਇੰਜਣ ਨੂੰ ਚਾਰ ਦਿਨ ਨੂੰ ਉਹਨਾਂ ਜੀ ਆਪਣਾ ਕਰ ਲਿਆ, ਵਿਆਜ ਆਪਾਂ ਪੈਣਾ ਕਟਾਲੇ ਨੂੰ। ਅੱਛਾ।
ਹਾਂ ਰਬੜਾਂ ਘੱਟ ਨਹੀਂ ਉਹਨੂੰ ਵੱਟ ਬਹੁਤ ਹੀ ਠੀਕ ਆ ਹਾਂ ਉਹ ਮਾਰੀਆਂ ਉਹਦਾ ਜੀ ਖੂਨ ਚੱਲਿਆ ਬਹੁਤ ਨਹੀਂ ਮਤਲਬ ਤੁਹਾਡੇ ਪਿੰਡ 'ਚ ਸ਼ੁਰੂ ਹੋ ਗਿਆ ਸੀਗਾ ਕੰਮ ਹਾਂ ਅੱਛਾ ਅਸੀਂ ਫਿਰ ਉੱਜੜ ਕੇ ਨਾ ਰਿਆਸਤ ਨੂੰ ਆ ਗਏ ਕਿਹੜੀ ਰਿਆਸਤ ਰਿਆਸਤ ਦਾ ਦੂਆ ਹਾਂ ਜਿੱਥੇ ਅਟਾਰੀ ਵਾਲੇ ਤੇ ਉਸ ਰਿਆਸਤ 'ਚ ਆ ਗਏ ਅੱਛਾ ਅਸੀਂ ਲੁਧਿਆਣੇ ਦੇ ਨੇੜੇ ਹੀ ਆ ਗਏ ਉੱਥੋਂ ਪਛਾਣੂ ਨਾ ਇੱਕ ਨੇ ਘਰ ਜੁੜੀ ਗਏ ਉਹ ਕਹਿੰਦੇ ਅਸੀਂ ਵੀ ਜਾਣਾ ਯਾਰ ਜਾਂ ਲੁਧਿਆਣੇ ਸਾਨੂੰ ਛੱਡ ਗਏ ਅੱਛਾ ਉੱਥੇ ਭਾਈ ਛੱਡ ਕੇ ਉੱਥੇ ਸਾਨੂੰ ਰੋਟੀ ਦੇਣੀ ਕਦੇ ਆਟਾ ਮਿਲ ਜਾਣਾ ਕਦੇ ਨਾ ਮਿਲਣਾ ਕਹਿੰਦਾ ਸੀ ਆਪਣੇ ਡੰਗਰ ਡੁੰਗਰ ਬੱਕਰੇ ਬੁਕਰੇ ਕੋਈ ਗਏ ਅੱਛਾ ਐਸ਼ ਕੁੱਟੀ ਫਿਰ ਤਾਂ ਸਮਝ ਗਏ ਵੀ ਹੁਣ ਨਹੀਂ ਫਿਰ ਲੱਗੀਆਂ ਉੱਥੇ ਗੱਡੀਆਂ ਅੱਛਾ ਕਾਂਗਰਸ ਦੀ ਫੌਜ ਸੀ ਸਿੱਖਾਂ ਦੀ ਸਾਨੂੰ ਉੱਥੇ ਲੱਦ ਲਿਆ ਅੱਛਾ ਸਾਨੂੰ ਕਸੂਰ ਦੇ ਪਰਾਂ 20-10 ਮੀਲ ਨਾ ਉੱਥੇ ਲਾ ਦਿੱਤਾ ਅੱਛਾ ਅਸੀਂ ਬਾਬਾ ਬਠੀਸ ਦੇ ਉਹਦੀ ਕੰਨ ਦੇ ਵਿੱਚ ਛਾਲਾਂ ਮਾਰਦੇ ਆਈਏ ਉੱਥੇ ਭਾਈ ਹੱਡ ਪਏ ਹੈ ਠੀਕ ਆ ਅਸੀਂ ਕਹਿੰਦੇ ਹੁਣ ਲੱਗਣੇ ਬੰਦਾ ਦੀ ਕੁਦਰਤ ਦੀ ਦੁਆ ਮੰਗੀ ਲੋਕਾਂ ਨੇ ਜਾਂ ਪੂਰੀ ਗੱਡੀ ਲਾਈ ਨਾ ਬੰਦੇ ਕਹਿੰਦੇ ਅੱਜ ਵੱਢਣਗੇ ਠੀਕ ਆ ਹੋਰ ਸਿੱਖਾਂ ਦੀ ਇੱਧਰ ਮੇਰੇ ਮੂੰਹ ਕਰਕੇ ਗੱਲ ਕਰੋ ਉਹ ਪਹਿਲਾਂ ਅਸੀਂ ਭਾਈ ਤੁਰ ਪਏ ਮੂਹਰੇ ਲਾ ਲਏ ਇੰਜ ਨੇ ਮੁਸਲਮਾਨੀ ਫੌਜ ਉੱਪਰ ਠੀਕ ਆ ਜੀ ਫਿਰ ਸਾਨੂੰ ਫਾਜ ਗਿਆ ਤਾਂ ਕਸੂਰ ਲੈ ਕੇ ਨਾ ਅੱਛਾ ਉੱਥੇ ਉਹਨਾਂ ਨੇ ਰੋਟੀ ਪਾਣੀ ਦਾ ਇੰਤਜ਼ਾਮ ਰੱਖਿਆ ਉੱਥੋਂ ਫਿਰ ਅਸੀਂ ਸਾਡੇ ਰਿਸ਼ਤੇਦਾਰ ਆ ਚੌਲਾਂ ਚੱਕ ਚੀਚਾ ਵਧਣੀ ਹੋਰ ਅੱਛਾ ਉਹਨੂੰ ਮੇਰਾ ਵੱਡੇ ਜ਼ਮੀਨ ਦਾ ਫੌਜੀ ਦਾ ਉਹ ਕਰਮ ਬਖਸ਼ ਅੱਛਾ ਉਹਦੇ ਕੋਲ ਆ ਗਏ ਉਹਨਾਂ ਲੱਗਿਆ ਵੀ ਖਬਰ ਆਉਣਾ ਕਿ ਨਹੀਂ ਉਹਨਾਂ ਮਾਰ ਦੇਣੇ ਉਹ ਉਹਨਾਂ ਕੋਲ ਉਹਨਾਂ ਨੇ ਪਸੰਦ 3 ਮਹੀਨੇ ਰੱਖਿਆ ਉੱਥੇ ਠੀਕ ਆ ਦਾਣਾ ਪੱਕਾ ਉੱਥੇ ਦੀ ਖਾਧਾ ਮੁੜ ਕੇ ਸਾਡਾ ਪਿਓ ਕਹਿੰਦਾ ਮੇਰੇ ਭਾਈਆਂ ਰਹਿੰਦੇ 28 ਚੱਕ 'ਚ ਅੱਛਾ 1-25 ਰਹਿੰਦਾ 28 'ਚ ਰਹਿੰਦਾ ਕਹਿੰਦਾ ਉਹਨਾਂ ਦਾ ਹੀ ਪਤਾ ਕਰੀਏ ਕੋਈ ਸਾਂਭਣਗੇ ਕਿ ਨਹੀਂ ਠੀਕ ਆ ਇੱਥੇ ਆਏ ਇੱਥੇ ਕਹਾਂ ਇਹ ਤੁਸੀਂ ਰਹਿਣ ਪੈ ਗਏ ਜੇ ਪੱਠੇ ਤਾਂ ਆਪਣੇ ਘੋੜੀ ਨੂੰ ਵੱਢ ਕੇ ਲੈਂਦੇ ਕਹਿਣਾ ਕਿ ਲਿਆਇਓ ਇੱਧਰ ਮੇਰਾ ਮੂੰਹ ਕਰਕੇ ਕਿਉਂ ਲਿਆਇਓ ਕਹਿਣਾ ਕਿੱਦਾਂ ਜਾਈਏ ਆ ਜੀ ਹੁੰਦਾ ਬਾਬਾ ਸਾਡਾ ਅਤੇ ਬਸ ਜੀ ਇਹ ਨਹੀਂ ਅੱਗੇ ਗੱਲਾਂ ਅੱਛਾ ਇੱਥੇ ਤੁਹਾਡੇ ਯਾਨੀ ਕਿ ਇਸ ਵਿੱਚ ਤੁਹਾਡੇ ਚਾਚੇ ਰਹਿੰਦੇ ਸੀਗੇ ਪਹਿਲੇ ਹਾਂ ਚਾਚੇ ਦੇ ਕੀ ਨਾਂ ਸੀ ਜਿਹੜਾ 28 ਚੱਕ 'ਚ ਰਹਿੰਦਾ ਸੀ ਚਾਚਾ ਤੁਹਾਡਾ ਮਾਮਦੀਨ ਮਾਮਦੀਨ ਹਾਂ ਅੱਛਾ ਅੱਛਾ ਠੀਕ ਨਾ ਤਾਂ ਫਿਰ ਪਿੰਡ ਵਿੱਚ ਕੋਈ ਜਿਹੜੇ ਤੁਸੀਂ ਜਦੋਂ ਨਿਕਲੇ ਆ ਤੁਹਾਡੇ ਸਾਰੇ ਜੀ ਖੈਰ ਖਰੀਦਣਾ ਇੱਥੇ ਪਹੁੰਚ ਗਏ ਸੀ ਜਾਂ ਕੋਈ ਰਾਹ 'ਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਨਹੀਂ ਮਰੇ ਜੀ ਅੱਛਾ ਹਾਂ ਸਾਡੇ ਗੁਜਰ ਰੇਤੇ ਉਹ ਬਟ ਉਹ ਬੜੇ ਸ਼ੌਕੀਨ ਤੇ ਬੜੇ ਜਣੇ ਤੇ ਸਮਾਨ ਆ ਕੇ ਉਹ ਉੱਥੇ ਦਾ ਪਾਣੀ ਇੱਥੇ ਤੱਕ ਉਹ ਹਾਂ ਟੋਕੇ ਚੜਾਏ ਹੋਏ ਤੇ ਵੱਡੀ ਭੈਣ ਮਾਰਕੀਟ ਤੱਕ ਕਹਿਣਾ ਉਹ ਤੂੰ ਕਿਹੜਾ ਜੀ ਮੈਂ ਫਲਾਨੀ ਚੱਕਣਾ ਤੇਰੀ ਭੈਣ ਉਹਨਾਂ ਕਹਾਂ ਉਹ ਬਸ ਡਰਾਂ ਡਰ ਉੱਠੇ ਵੱਡੀ ਤੁੱਕ ਬਹੁਤ ਹੋਈ ਠੀਕ ਆ ਅੱਛਾ ਤੁਹਾਡੇ ਵੱਡੇ ਜਿਵੇਂ ਤੁਸੀਂ ਗੱਲ ਕਰਦੇ ਕਿ ਵੱਡੇ ਸੋਚਦੇ ਵੀ ਅੱਜ ਤੱਕ ਵੀ ਇੱਦਾਂ ਲੋਕ ਹੀ ਵੰਡ ਉੱਜੜ ਕੇ ਲੋਕ ਹੀ ਤਾਂ ਨਹੀਂ ਗਏ ਫਿਰ ਉਸ ਵਕਤ ਕੀ ਉਹ ਕਹਿੰਦੇ ਸੀਗੇ ਜਦੋਂ ਪਿੰਡ ਛੱਡਣ ਲੱਗੇ ਸੀਗੇ ਅਸੀਂ ਹਾਂਜੀ ਕਹਿੰਦੀ ਪਾਕਿਸਤਾਨ ਬਣ ਗਿਆ ਫਿਰ ਇੱਥੇ ਆ ਕੇ ਫਿਰ ਉਹ ਖੁਸ਼ ਹੋਏ ਕਿ ਨਾ ਹੋਏ ਮੈਂ ਕਿਹਾ ਸਾਨੂੰ ਜ਼ਮੀਨ ਮਿਲੀ 6 ਕਿੱਲੇ ਅੱਛਾ ਅਤੇ ਉਹ ਸਾਨੂੰ 8 ਸਾਨੂੰ ਮਿਲੇ 6 ਸਾਡਾ ਹਿੰਦੁਸਤਾਨ ਰਹਿੰਦਾ ਭਤੀਜਾ ਸਾਡੇ ਬੁੜੇ ਦਾ ਉਹਨੂੰ ਉੱਥੇ ਜਾਇਦਾਦ ਨੂੰ ਜਾਇਦਾਦ ਨੇ ਕਿਹਾ ਵੀ ਇਹ ਮੇਰਾ ਚੌਲੀ ਦਾ ਭਰਾ ਭਤੀਜਾ ਹੈ ਅੱਛਾ ਅੱਜ ਇਹਨਾਂ ਦੇ ਕੁੜੀਆਂ ਨੂੰ ਹਰਾਉਣ ਨਾ ਤਾਂ ਸਾਡੇ ਤਾਂ ਵਿਲਣ ਜੰਮਣਾ ਕੋਈ ਨਹੀਂ ਉਹਨੇ ਫਿਰ ਮਲੇਟੀ ਨੂੰ ਕਹਿ ਕੇ ਇੱਥੇ ਭੇਜੀ ਅੱਛਾ ਉਹਨੇ ਜ਼ਮੀਨ ਪਾ ਲਈ ਤੀ 6 ਕਿੱਲੇ ਉਹ ਫਿਰ ਰਹੇ ਫਿਰ ਗਾਂ ਆਪਣੇ ਆਪਣੇ ਫਾਰਮ ਨਿਰਮੋਣ ਲੱਗ ਗਏ ਤਕਲੀਫਾਂ ਜੀ ਬੜੀਆਂ ਕਰੀਆਂ ਹੁਣ ਆਖੀਏ ਹੁਣ ਤਾਂ ਲੋਕ ਕੁਛ ਨਹੀਂ ਨਹੀਂ ਦੱਸੋ ਨਾ ਫਿਰ ਸਾਨੂੰ ਤਾਂ ਸਿਰਾ ਤੁਸੀਂ ਬੜੇ ਪ੍ਰੇਮ ਨਾਲ ਗੱਲ ਘਾਲ ਸੁਣਾ ਦੀ ਕਿ ਉੱਥੋਂ ਇੱਧਰ ਤੁਰ ਪਏ ਰਾਹ 'ਚ ਪਿੰਡ ਦੇ ਵਿੱਚ ਜਦੋਂ ਸਿੱਖਾਂ ਨੇ ਹਮਲਾ ਕੀਤਾ ਸੀਗਾ ਤੇ ਤੁਹਾਡੇ ਲੋਕਾਂ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਮੁਕਾਬਲਾ ਇਹਨਾਂ ਨੇ ਸਿਰਫ ਇਸੇ ਗੱਲਾਂ ਨਾਲ ਕੀਤਾ ਸੀ ਆੜੇ ਆ ਟੋਕਾ ਸ਼ੋਕਾ ਹੋ ਗਿਆ ਤਲਵਾਰ ਜਾਂ ਕੋਈ ਬੰਦੂਕਾ ਸ਼ੰਦੂਕਾ ਕੋਈ ਨਹੀਂ ਸੀ ਉਦੋਂ ਕਿਸੇ ਜਣੇ ਕੋਲ ਸੀ ਅੱਛਾ ਤੇ ਇਹ ਕੋਈ ਯਾਦ ਪੈਂਦਾ ਵੀ ਜਿਹੜੇ ਹਮਲਾ ਕਰਨ ਵਾਲੇ ਸੀ ਤੁਹਾਡੇ ਆਪਣੇ ਪਿੰਡ ਦੇ ਸੀਗੇ ਬਾਹਰੋਂ ਕਿਤੋਂ ਆਏ ਬਾਹਰੋਂ ਇਕੱਠੇ ਕਰਕੇ ਲਿਆਉਂਦੇ ਦੂਏ ਪਿੰਡਾਂ 'ਚੋਂ ਅੱਛਾ ਵਿਆਜ ਫਰਾਨ ਦੇ ਪਿੰਡ 'ਤੇ ਨਾ ਆਪਾਂ ਮਾਰਨਾ ਫੂਕਣਾ ਠੀਕ ਫੂਕਣਾ ਹੀ ਕਹਿੰਦੇ ਫੂਕਣਾ ਕਹਿੰਦਾ ਸੀ ਅੱਛਾ ਇਹ ਵੀ ਸਵੇਰੇ ਇਹ ਵੀ ਤਿਆਰ ਹੋ ਜਾਂਦੇ ਤੇ ਫਿਰ ਦੇਖਣਾ ਬੂਹੀਆਂ ਨੇ ਪਾਣੀ ਪਿਲਾਉਣਾ ਦੁੱਧ ਪਿਲਾਉਣੇ ਜਲ ਲੜਾਈ ਕਰਨੀ ਉੱਥੇ
ਬੰਦਿਆਂ ਨੇ ਮੁੜ ਕੇ ਆਉਣਾ, ਕਿਸੇ ਲੱਤ ਵੱਢ ਹੋ ਜਾਣੀ, ਕਿਸੇ ਕੁਛ ਵੱਢ ਹੋ ਜਾਣੀ। ਠੀਕ ਆ। ਅੱਛਾ, ਅਤੇ ਫਿਰ ਕਿਉਂਕਿ ਦੁਸ਼ਮਣ ਆਉਂਦਾ ਅਤੇ ਸਿਰਫ ਹਮਲਾ ਕਰਦਾ ਅਤੇ ਉਹਦੇ 'ਚ ਲੁੱਟ ਮਾਰ ਦੇ ਨਾਲ ਕੁੜੀਆਂ ਵੀ ਖਿੱਚਣ ਦੀ ਕੋਸ਼ਿਸ਼ ਕਰਦੇ ਆ। ਹਾਂ, ਕੁੜੀਆਂ ਸਮਾਨ ਲੈ ਗਏ ਹੋਣ ਚੱਕ ਕੇ ਬਾਹਰ। ਅੱਛਾ, ਸਮਾਨ ਲੈ ਕੇ, ਕੁੜੀਆਂ ਤਾਂ ਨਹੀਂ ਕੋਈ ਲੈ ਕੇ ਗਿਆ? ਨਹੀਂ, ਸਾਡੀਆਂ ਜਿਹੀਆਂ ਨੇ ਰੱਖੀ ਗਈਆਂ। ਠੀਕ ਆ। ਕਈਆਂ ਨੇ ਉਹਦਾ ਨਾਂ ਕੀ ਵੀ ਇੱਜ਼ਤ ਬਚਾਉਣ ਲਈ ਖੂਹ 'ਚ ਛਾਲ ਮਾਰ ਦਿੰਦੇ ਆ, ਇੱਦਾਂ ਦੀ ਕੋਈ ਗੱਲਬਾਤ ਹੋਈ ਹੋਵੇ? ਨਹੀਂ ਜੀ, ਨਹੀਂ, ਉੱਥੇ ਕੋਈ ਨਹੀਂ ਹੋਈ। ਅੱਛਾ, ਤੁਸੀਂ ਆਪਣੇ ਡੰਗਰ ਨਾਲ ਲੈ ਕੇ ਆ ਗਏ ਸੀ ਜਾਂ ਛੱਡ ਕੇ ਉੱਥੇ? ਡੰਗਰ ਅਸੀਂ ਉੱਥੇ ਛੱਡ ਦਿੱਤੇ ਸੀ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਉੱਥੇ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀਗੇ? ਵਧੀਆ ਕਬੱਡੀ, ਹਾਂ, ਚਲੋ ਕੋਈ ਨੀ, ਖੈਰ ਆ। ਕੋਈ ਆਪਣੇ ਪਿੰਡ ਦੇ ਨੇੜੇ ਕੋਈ ਦਰਬਾਰ ਸੀਗਾ ਜ਼ਿਆਰਤ? ਹਾਂ, ਕਿਹੜੀ? ਉਹ ਜੀ, ਉਹ ਕਿਹੜਾ ਰਹੇ ਹਿੰਦੂ 'ਚ? ਬਾਬਾ ਮਨੋਹਰ। ਬਾਬਾ ਮਨੋਹਰ? ਅੱਛਾ, ਉੱਥੇ ਮੇਲਾ ਲੱਗਦਾ ਸੀਗਾ? ਚੰਗਾ ਭਰਵਾਂ ਮੇਲਾ ਲੱਗਦਾ ਸੀ। ਅੱਛਾ, ਅਤੇ ਉੱਥੇ ਕਵਾਲ ਗਾਉਂਦੇ ਸੀਗੇ ਜਾਂ ਕੁਛ ਹੋਰ ਹੁੰਦਾ ਸੀਗਾ? ਸਿੱਖਾਂ ਦੇ ਜੇ ਵੱਜਦਾ। ਅੱਛਾ, ਫਿਰ ਛਿੰਝਾਂ ਪੈਂਦੀਆਂ ਸੀਗੀਆਂ ਉੱਥੇ? ਹਾਂ, ਛਿੰਝਾਂ ਵੀ ਹੈ ਸੀ। ਹਾਂ, ਉਹ ਮੁਸਿਆਲੇ ਸਿੰਝ ਪੈਂਦੇ ਹੁੰਦੇ ਸੀ ਕਈ ਸੀਗੇ ਥਾਂ, ਇਹ ਜਾਣੀ ਬੜਾ ਦਰਬਾਰ ਤਾ। ਅੱਛਾ, ਹਾਂ, ਜੋ ਕੁੱਤਾ ਡੰਡਾ ਮਹੀਨੇ ਬਾਅਦ ਜਾਂਦਾ ਰਹਿੰਦੇ ਹੁੰਦੇ ਰੋਲੇ ਬੜਾ ਰਹਿ ਸਿੱਖਾਂ ਦਾ ਹੀ ਤਾਂ ਉਹ ਮੇਰੇ ਮਨ ਲੱਗੋ ਜਾਂਦਾ। ਫਿਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਸੀ ਕਸੂਰ, ਉੱਥੇ ਤੁਹਾਨੂੰ ਖਾਣ ਪੀਣ ਨੂੰ ਹਰ ਸ਼ੈ ਲੱਭ ਗਈ? ਹਾਂ, ਦਿੱਤੇ ਉੱਥੇ ਲੱਭ ਲਈ ਮਾੜੀ ਮੋਟੀ। ਅੱਛਾ, ਬਈ ਸਾਨੂੰ ਅਸੀਂ ਕਹੀਏ ਵੀ ਇੱਥੋਂ ਛੁੱਟੀਏ, ਖੜਾ ਗਾਂ ਫੇਰ ਕਾਬੂ ਕਰ ਲੈਣੇ। ਹਾਂ, ਅੱਛਾ, ਉਹਨਾਂ ਦਿਨਾਂ 'ਚ ਮੌਸਮ ਕਿੱਦਾਂ ਦਾ ਸੀਗਾ? ਰੋਡਰੋਂ ਆਏ? ਹਾਂ, ਜਦੋਂ ਉੱਧਰੋਂ ਆਏ ਅਸੀਂ ਤਾਂ ਨੱਠੇ ਆਏ ਘੋੜਿਆਂ ਮੋਣ, ਅਸੀਂ ਦਸ ਦਸ ਸਾਲ ਦੇ, ਸਾਨੂੰ ਆਏ ਯਾਦ ਨਹੀਂ ਤਾਂ। ਨਹੀਂ, ਮੀਂਹ ਸ਼ੀ ਨਹੀਂ ਪੈਂਦੇ ਸੀ? ਸੋਨੇ ਮੀਂਹ ਸ਼ੀ ਬੜੇ ਪੈ ਜਾਂਦੇ ਸੀਗੇ? ਉਹ ਪਹਿਲਾਂ ਪਏ ਆ ਮੀਂਹ। ਅੱਛਾ, ਹਾਂ, ਐਂ ਤਾਂ ਉਹਦੇ ਨਾਲੀਆਂ 'ਚ ਖੂਨ ਵਗਿਆ ਹੈ ਬਾਏ ਬਾਏ ਪਿੰਡਾਂ 'ਚ। ਹਾਂ, ਵੱਢ ਟੁੱਕ ਬਹੁਤ ਹੋਈ ਹੈ। ਠੀਕ ਆ, ਮੁਸਲਮਾਨ ਤਾਂ ਹੈ ਜੀ ਥੋੜ੍ਹੇ ਜਿਹੇ। ਅੱਛਾ, ਇਹ ਦੱਸੋ ਵੀ ਜਿਹੜੀ ਵੱਡੀ ਈਦ ਆ, ਤੁਹਾਨੂੰ ਯਾਦ ਪੈਂਦਾ ਵੀ ਤੁਸੀਂ ਕਿੱਥੇ ਕੀਤੀ ਸੀਗੀ? ਹਿੱਜੋਂ। ਅੱਛਾ, ਇਹਨੇ ਆਪਣੇ ਪਿੰਡ ਵੱਡੀ ਈਦ ਸੀ ਕੁਰਬਾਨੀ ਵਾਲੀ ਉੱਥੇ ਕੀਤੀ? ਹਾਂ, ਠੀਕ ਆ। ਅੱਛਾ, ਤੁਹਾਨੂੰ ਆਪਣੇ ਜਿਹੜੇ ਛੋਟੇ ਹੁੰਦੇ ਦੇਖੋ ਬੇਲੀ ਰਾਜਪੂਤਾਂ ਦੇ, ਉਹ ਜਿਹੜੇ ਬੋਧੀ ਵਾਲਿਆਂ ਦੇ ਜਿਹੜੇ ਤੁਹਾਡੇ ਨਾਲ ਰਹਿੰਦੇ ਸੀਗੇ, ਉਹਨਾਂ ਦੇ ਕੋਲ ਤੁਹਾਡਾ ਬੇਲੀ ਵੀ ਸੀਗਾ? ਹਾਂ, ਬੇਲੀ ਦੇ ਡਰਦੇ ਵੀ ਸੀਗੇ ਸਾਡੇ ਕੋਲ। ਕੀ ਨਾਂ ਸੀ ਕੋਈ ਬੇਲੀ ਦਾ ਆਪਣੇ ਦਾ ਦੱਸੋ ਤਾਂ? ਉਹ ਕਿਹਾ ਤਾਂ ਯਾਰ ਜਿਹੜਾ ਉਹ ਬਦਮਾਸ਼ ਜਿਹਾ ਤਾਂ। ਦੱਸੋ ਜੀ, ਰਾਣਾ ਰਾਜਪੂਤ। ਅੱਛਾ, ਇੱਕੋ ਹੀ ਸੀ ਬੇਲੀ? ਨਹੀਂ, ਤੋਂ ਚੰਗੇ ਉਹ 10-12 ਘੱਟ ਆ ਤਾਂ। ਹਾਂ, ਦੱਸੋ ਕਿਸੇ ਦਾ ਨਾਂ ਲੈ ਲਓ ਜਿਹੜਾ ਤੁਹਾਨੂੰ ਯਾਦ ਪੈਂਦਾ ਹੋਵੇ। ਇੱਧਰ ਉੱਤੇ ਮੂੰਹ ਕਰਕੇ ਗੱਲ ਕਰੋ ਸਾਹਮਣੇ। ਉਹੀ ਭੁੱਲ ਭੱਲ ਗਏ ਮੇਰੇ ਅੱਗੇ ਸੋ ਟਿਕਾਣੇ ਨਹੀਂ। ਅੱਛਾ, ਹੁਣ ਆਪਾਂ ਉਸੇ ਸਵਾਲ ਪੁੱਛੇ ਹੁੰਦੇ ਹਾਂ। ਅੱਛਾ, ਹੁਣ ਕਦੀ ਆਪਣਾ ਪਿੰਡ ਯਾਦ ਆਇਆ ਸਾਡੇ? ਹਾਂਜੀ ਹਾਂਜੀ, ਯਾਦ ਤਾਂ ਆਉਂਦਾ। ਕੀ ਗੱਲ ਯਾਦ ਆਉਂਦੀ ਆਪਣੇ ਪਿੰਡ ਦੀ? ਅਸੀਂ ਕਹਿੰਦੇ ਚੰਗਾ ਤਾਂ। ਚੰਗਾ ਸੀਗਾ? ਕਿਸ ਗੱਲ ਤੋਂ ਚੰਗਾ ਸੀਗਾ? ਹਰ ਕੰਮ ਨੂੰ ਚੰਗਾ ਦਾ। ਦੱਸੋ ਤਾਂ ਕਿਹੜੇ ਮਤਲਬ? ਇੱਥੇ ਅਸੀਂ ਕਹਿੰਦੇ ਫਲਾਨੀ ਉੱਥੇ ਆ ਮਾਣੀ ਸੀਗਾ, ਧੀ ਨੂੰ ਧੀ ਸਮਝਦੇ ਤੇ। ਹਾਂ ਹਾਂ, ਜੰਮੂ ਦੇ ਸਿੱਖ ਆਉਂਦਾ ਨਾ, ਹਾਂ ਹਾਂ, ਪਹਿਲੇ ਉੱਤੇ ਖੜ ਜਾਣਾ, ਹੁਣ ਫਲਾਨੀ ਧੀ ਆਉਂਦੇ ਰੋਟੀ ਚੱਕੀ। ਠੀਕ ਆ, ਅਜੇ ਤਾਂ ਡੰਡਰ ਕੱਠੇ। ਉਹ ਗੱਲਾਂ ਨਹੀਂ ਹੈਗੀਆਂ ਉੱਥੇ ਵਾਲੀਆਂ। ਠੀਕ ਆ, ਹਾਂ, ਇੱਜ਼ਤ ਨੂੰ ਇੱਜ਼ਤ ਸਮਝਦੇ ਤੇ ਲੋਕ। ਅੱਛਾ, ਇੱਕ ਦੂਸਰੇ ਦੀ ਗਮੀ ਖੁਸ਼ੀ ਸ਼ਾਮਿਲ ਹੁੰਦੇ ਸੀਗੇ? ਹਾਂ, ਇੱਕ ਦੂਸਰੇ ਕੋਲ ਲੈ ਕੇ ਛੇਵਾਂ ਖਾ ਪੀ ਲੈਣਗੇ? ਹਾਂ, ਉਹ ਸ਼ਾਦੀਆਂ ਸਾਦੇ ਤੇ। ਅੱਛਾ, ਸਾਡੇ ਘੋੜੀ ਹੁੰਦੇ ਕਹਿਣਾ, ਜਿੰਨੀ ਦੇਰੀ ਘੋੜੀ ਨਾ ਆਵੇ ਨਾ ਉਹਨੇ ਨਿਕਾਹ ਨਹੀਂ ਦੇਣਾ। ਹਾਂ, ਚੱਲ ਜਾਂਦੇ ਵਿੱਚ ਮੰਨਿਆ ਨਹੀਂ। ਹਾਂ ਠੀਕ ਠੀਕ, ਨਹੀਂ ਤਾਂ ਫਿਰ ਮੁਸਲਮਾਨ ਉਹਨਾਂ ਕੋਲ ਲੈ ਕੇ ਖਾ ਲੈਂਦੇ ਸੀਗੇ? ਕੌਣ ਅਸੀਂ? ਹਾਂਜੀ, ਨਹੀਂ ਯਾਰ, ਸੁੱਕਾ ਸੀ ਤਾਂ ਲੱਡੂ ਬਣਾਉਂਦੇ ਹੁੰਦੇ ਤੇ ਉਹ। ਅੱਛਾ, ਹਾਂ, ਹੋਰ ਉਹ ਕਿਹਾ ਉੱਥੇ ਬੱਕਰਾ ਕੱਢ ਦਿੰਦੇ ਉਹ। ਅਤੇ ਤੁਸੀਂ ਫਿਰ ਗੋਸ਼ਤ ਕਿੱਥੋਂ ਲੈ ਕੇ ਖਾਂਦੇ ਸੀਗੇ? ਅਸੀਂ ਆਪਣੀ ਕੁਰਬਾਨੀਆਂ ਦਿੰਦੇ ਉੱਥੇ ਕਰ ਲੈਂਦੇ ਸੀ ਪਿੰਡ? ਹਾਂ, ਸਾਨੂੰ ਇਹ ਮਨ ਤਾਂ ਕੋਈ ਨਹੀਂ ਤੇ। ਅੱਛਾ, ਵੀ ਗਾਂ ਗੋ ਨਹੀਂ ਕਰਨ ਦਿੰਦੇ ਸੀਗੇ? ਨਾ ਨਾ, ਐਡਾ ਕਦੇ ਰੋਹ ਜਿੱਥੇ ਸੀਗੇ ਬੰਦੇ ਰੋਹ ਵੀ ਸੀਗਾ। ਹਾਂ, ਮਤਲਬ ਇਹੋ ਜਿਹਾ ਕੋਈ ਮਸਲਾ ਨਹੀਂ ਸੀਗਾ? ਨਹੀਂ ਨਹੀਂ ਨਹੀਂ, ਐਂ ਚੰਗੀ ਨਹੀਂ ਲੱਗ ਦਿੰਦਾ। ਅੱਛਾ, ਹੁਣ ਕਦੀ ਪਿੰਡ ਦੇਖਣ ਦਿਲ ਕਰਦਾ?
ਹਾਂ ਉਹ ਰਾਜੀ ਨੇ ਸਾਡੇ ਨੇ ਪਾਸਪੋਰਟ ਕਰਾਇਆ ਠੀਕ ਹੈ ਮੈਂ ਜਾਇਆ ਵਾਂ ਹੁਣ ਅੱਛਾ ਮੈਂ ਤੈਨੂੰ ਜਾਇਦਾਦ ਤਾਂ ਮਰ ਗਿਆ ਉਹਦੇ ਪੁੱਤੇ ਵੀ ਮਰ ਗਏ ਤੈਨੂੰ ਹੁਣ ਉਹਨੇ ਪਛਾਣਨੇ ਨਹੀਂ ਕੀ ਪਤਾ ਹੁਣ ਅੱਗੋਂ ਪੋਤੇ ਨਾ ਹੋਏ ਪੁੱਤ